ਸਾਥੀਓ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਭ ਨੂੰ ਸਵਾਗਤ ਹੈ ਆਪ ਸਭ ਦਾ ਤੁਹਾਡੇ ਆਪਣੇ YouTube ਚੈਨਲ Exam Phil to Hamchi ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਜੀ ਬਹੁਤ ਹੀ ਵੱਡਾ ਅਪਡੇਟ ਜੀ ਹਾਂ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਹੁਤ ਹੀ ਵੱਡਾ ਐਲਾਨ ਕਰ ਦਿੱਤਾ ਹੈ ਜੀ ਪੇਪਰਾਂ ਤੋਂ ਪਹਿਲਾਂ ਤੇ ਕੀ ਹੈ ਪੂਰਾ ਅਪਡੇਟ ਇਸ ਵੀਡੀਓ 'ਚ ਜਾਣਾਂਗੇ ਤਾਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਇਨਫੋਰਮੇਸ਼ਨ ਇਸ ਵੀਡੀਓ 'ਚ ਦਿੱਤੀ ਗਈ ਹੈ ਤਾਂ ਵੀਡੀਓ ਨੂੰ ਜਰੂਰ ਲਾਸਟ ਤੱਕ ਦੇਖਣਾ ਤੇ ਆਪਣੇ ਫਰੈਂਡਸ ਨਾਲ ਵੀ ਜਰੂਰ ਸ਼ੇਅਰ ਕਰ ਦੇਣਾ ਤਾਂ ਕਿ ਉਹਨਾਂ ਦੀ ਵੀ ਹੈਲਪ ਹੋ ਸਕੇ ਤਾਂ ਤੁਸੀਂ ਨਿਊਜ਼ ਦੇ ਸਕਦੇ ਹੋ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੰਦ ਕੀਤੀ ਮੁੜ ਮੁਲਾਕਣ ਦੀ ਸਹੂਲਤ ਇਹ ਸਹੂਲਤ ਰਹਿ ਗਈ ਜਾਰੀ ਜੀ ਹਾਂ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਐਲਾਨ ਕੀਤਾ ਹੈ ਕਿ ਜੋ ਪਹਿਲਾਂ ਮੁੜ ਮੁਲਾਕਣ ਦੀ ਸਹੂਲਤ ਮਿਲਦੀ ਸੀ ਹੁਣ ਉਹ ਬੰਦ ਕਰ ਦਿੱਤੀ ਹੈ ਜੀ ਤੇ ਮੁੜ ਮੁਲਾਕਣ ਦਾ ਮਤਲਬ ਹੁੰਦਾ ਰੀ ਇਵੈਲੂਏਸ਼ਨ ਮਤਲਬ ਕਿ ਜੇਕਰ ਕੋਈ ਵਿਦਿਆਰਥੀ ਕਿਸ ਸਬਜੈਕਟ ਚ ਫੇਲ ਹੋ ਜਾਂਦਾ ਸੀ ਤਾਂ ਉਹ ਦੁਬਾਰਾ ਰਿਪੇਅਰ ਦਾ ਪੇਪਰ ਭਰ ਸਕਦਾ ਸੀ ਹਨਾ ਪਰ ਹੁਣ ਪੰਜਾਬ ਸਰਕਾਰ ਨੇ ਉਹ ਸਹੂਲਤ ਬੰਦ ਕਰ ਦਿੱਤੀ ਹੈ ਜੀ ਤੇ ਇਹ ਹੈ ਜੀ ਪੂਰੀ ਨਿਊਜ਼ ਤੁਸੀਂ ਇਸ ਨੂੰ ਦੇਖ ਸਕਦੇ ਹੋ ਇਹਨੂੰ ਪੜ੍ਹ ਸਕਦੇ ਹੋ ਤੇ ਇਹ ਬਿਲਕੁਲ ਰੀਅਲ ਨਿਊਜ਼ ਹੈ ਜੀ ਪੰਜਾਬੀ ਜਾਗਣ ਤੇ ਨਿਊਜ਼ ਆਈ ਹੈ ਤੇ ਅੱਜ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਦਾ ਐਲਾਨ ਕੀਤਾ ਹੈ ਤਾਂ ਤੁਸੀਂ ਜਿਵੇਂ ਕਿ ਇੱਥੇ ਦੇਖ ਸਕਦੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੇਂ ਅਕਾਦਮਿਕ ਸਾਲ ਤੋਂ ਪ੍ਰੀਖਿਆਰਥੀਆਂ ਨੂੰ ਦਿੱਤੀ ਜਾਂਦੀ ਮੂੜ ਮੁਲਾਕਣ ਸਹੂਲਤ ਬੰਦ ਕਰ ਦਿੱਤੀ ਹੈ ਇਹ ਫੈਸਲਾ ਚੇਅਰਪਰਸਨ ਸਤਬੀਰ ਕੋਰਵੇਦੀ ਦੀ ਅਗਵਾਈ ਹੇਲੇ ਬੋਰਡ ਆਫ ਡਾਇਰੈਕਟਰਸ ਦੀ ਬੈਠਕ ਚ ਲਿਆ ਗਿਆ ਹੈ ਬੋਰਡ ਦੇ ਅਧਿਕਾਰੀਆਂ ਦੀ ਦਲੀਲ ਹੈ ਕਿ ਇਸ ਨਾਲ ਨਤੀਜਾ ਐਲਾਨਣ 'ਚ ਦੇਰੀ ਹੁੰਦੀ ਸੀ ਤੇ ਉਸ ਤੋਂ ਬਾਅਦ ਹੈ ਜੀ ਹਾਲਾਂਕਿ ਉੱਤਰ ਪੱਤਰੀ ਦੀ ਮੂਰ ਚੈਕਿੰਗ ਦੀ ਸਹੂਲਤ ਪਹਿਲਾ ਵਾਂਗ ਜਾਰੀ ਰਹੇਗੀ ਹਾਂ ਜੀ ਹਾਂ ਦੋਸਤੋ ਜੇਕਰ ਤੁਸੀਂ ਆਪਣਾ ਪੇਪਰ ਰੀ ਚੈੱਕ ਕਰਵਾਉਣਾ ਹੈ ਤਾਂ ਉਹ ਸਹੂਲਤ ਹਜੇ ਜਾਰੀ ਰਹੇਗੀ ਪਰ ਜੋ ਰੀ ਇਵੈਲੂਏਸ਼ਨ ਵਾਲੀ ਸਹੂਲਤ ਸੀ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੰਦ ਕਰ ਦਿੱਤੀ ਹੈ ਜੀ ਹਾਂ ਦੋਸਤੋ ਇੱਥੇ ਦੱਸਣਾ ਬਣਦਾ ਹੈ ਕਿ ਪ੍ਰੀਖਿਆਰਥੀਆਂ ਵੱਲੋਂ ਬੇਨਤੀ ਕੀਤੀ ਜਾਣ ਤੇ ਮੂਲ ਮੂਡ ਮੁਲਾਕਣ ਦੀ ਪ੍ਰੀਖਿਆ ਪ੍ਰੀਖਿਆਰਥੀ ਦੀ ਉੱਤਰ ਪੱਤਰੀ ਦੀ ਕਿਸੇ ਹੋਰ ਪ੍ਰੀਖਿਅਕ ਕੋਲ ਦੁਆਰਾ ਮਾਰਕਿੰਗ ਕਰਵਾਈ ਜਾਂਦੀ ਸੀ ਦੂਜੇ ਪ੍ਰੀਖਿਅਕ ਨੂੰ ਉੱਤਰ ਕਾਪੀ ਦੇਣ ਤੋਂ ਪਹਿਲਾਂ ਇਸ ਤੇ ਪਹਿਲਾਂ ਦਿੱਤੇ ਗਏ ਨੰਬਰ ਟੇਬ ਲਗਾ ਕੇ ਲੁਕਾ ਦਿੱਤੇ ਜਾਂਦੇ ਹਨ ਜਿੰਦਕੀ ਰੀ ਚੈਕਿੰਗ ਚ ਸਿਰਫ ਨੰਬਰਾਂ ਦਾ ਕੁੱਲ ਜੋੜ ਹੀ ਜਾਂਚਿਆ ਜਾਂਦਾ ਹੈ ਤਾਂ ਦੋਸਤੋ ਇਹ ਹੈ ਜੀ ਤੁਹਾਡੀ ਪੂਰੀ ਵੀਡੀਓ ਮਤਲਬ ਇਸ ਚ ਇਹ ਐਕੀ ਜੋ ਪਹਿਲਾ ਰੀਇਵੈਲਿਊਏਸ਼ਨ ਦੀ ਪ੍ਰੀਖਿਆ ਭਰਦੇ ਸੀ ਵਿਦਿਆਰਥੀ ਕੀ ਅਸੀਂ ਪੇਪਰ ਦੁਆਰਾ ਦੇਣਾ ਹੈ ਹਨ ਤਾਂ ਉਹ ਹੁਣ ਸਰਕਾਰ ਨੇ ਬੈਨ ਕਰ ਦਿੱਤੀ ਹੈ ਹਨ ਬੰਦ ਕਰ ਦਿੱਤੀ ਹੈ ਤੇ ਜੇਕਰ ਤੁਸੀਂ ਆਪਣਾ ਪੇਪਰ ਰੀਚੈੱਕ ਕਰਉਣਾ ਹੈ ਤਾਂ ਉਹ ਹਜੇ ਵੀ ਜਾਰੀ ਰਹੇਗੀ ਤੇ ਆ ਇਹ ਹੈ ਜੀ ਪੂਰਾ ਅਪਡੇਟ ਦੇ ਤੇ ਜੇਕਰ ਇਸ ਦੇ ਰਿਗਾਰਡਿੰਗ ਕੋਈ ਵੀ ਹੋਰ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਅਪਡੇਟ ਕਰਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖ ਲਓ ਤੇ ਵੀਡੀਓ ਨੂੰ ਜਰੂਰ ਲਾਈਕ ਕਰ ਦੇਣਾ ਤੇ ਆਪਣੇ ਯਾਰਾਂ ਦੋਸਤਾਂ ਨਾਲ ਵੀ ਵੀਡੀਓ ਜਰੂਰ ਸ਼ੇਅਰ ਕਰ ਦੇਣਾ ਤਾਂ ਕਿ ਉਹਨਾਂ ਦੀ ਵੀ ਹੈਲਪ ਹੋ ਸਕੇ ਤਾਂ ਚਲੋ ਜੀ ਮਿਲਦੇ ਹਾਂ ਨਈ ਵੀਡੀਓ ਨਾਲ